ऐसा नाम निरंजन हो, ऐसा नाम निरंजन हो, ऐसा नाम, ऐसा नाम निरंजन।
ਬਾਕੀ ਬਾਹਰ ਕਰਾਉਣੀ। ਅਸੀਂ ਸਾਰੇ ਉਸ ਮਾਲਕ ਦੀ ਖੇਤੀ ਹਾਂ, ਉਸ ਮਾਲਕ ਦੀ ਮਰਜ਼ੀ ਹੈ ਸਾਨੂੰ ਉਸਨੇ ਬਚਪਨ ਦੇ ਵਿੱਚ ਲੈ ਕੇ ਜਾਣਾ ਹੈ, ਜਾਂ ਸਾਨੂੰ ਉਸਨੇ ਜਵਾਨੀ ਦੇ ਵਿੱਚ ਲੈ ਕੇ ਜਾਣਾ ਹੈ, ਜਾਂ ਸਾਨੂੰ ਉਸਨੇ ਬਜ਼ੁਰਗੀ ਦੇ ਵਿੱਚ ਲੈ ਕੇ ਜਾਣਾ ਹੈ। ਸੋ ਲੋਕ ਤਾਂ ਹਮੇਸ਼ਾ ਹੀ ਜਵਾਨ ਮੌਤ ਦਾ ਜਿਹੜਾ ਦਾਦਾ ਹੁੰਦਾ ਹੈ, ਕਿਉਂਕਿ ਕੱਚੀ ਫਸਲ ਤੋਂ ਵੱਢੀਏ ਅਤੇ ਉਹਦੇ ਵਿੱਚੋਂ ਪਾਣੀ ਸਿਮਦਾ ਹੈ, ਜੇ ਪੱਕੀ ਫਸਲ ਤੋਂ ਵੱਢੀਏ ਅਤੇ ਉਹਦੇ ਵਿੱਚੋਂ ਪਾਣੀ ਨਹੀਂ ਸਿਮਦਾ। ਸੋ ਸਾਨੂੰ ਦੀ ਕਿਰਪਾ ਕਰਨ ਹੁੰਦਾ ਫਸਲ ਅਤੇ ਸਿਆਕੇ ਰਾਕੇ ਸਭ ਕੀ ਆ ਗਿਆ ਮਾਲੇ ਮਾਤੇ ਉਸਦੇ ਚੌਕੋਂ ਕਰੇ ਨਿਹਾਲ ਨਾਨਕ ਸਾਹਿਬ ਸਦਾ ਲਿਆ ਸਤਿਗੁਰੂ ਦੀ ਕਿਰਪਾ ਕਰਨ ਰਹਿਮਤਾਲ ਰਾਮ ਪ੍ਰਮੁੱਖ ਕੇਰ
ਸਾਡੇ ਬਾਰੇ ਗੁਰੂ ਕੀ ਬਾਣੀ
ਗੁਰਬਾਣੀ ਖੋਲ੍ਹੈ ਮਨ ਦਿਖਾਇਆ ਮਨ ਤੋਂ ਆਇਆ ਜਿਸ ਦਿਨ ਸਾਡਾ ਜਨਮ ਹੋਇਆ ਸਾਡੀ ਮੌਤ ਦਾ ਆਰੰਭ ਗੁਰਦੇਵ ਤੋਂ ਗਿਆ ਜਦੋਂ ਸਾਡਾ ਜਨਮ ਹੋਇਆ ਨਾ ਉਸ ਦਿਨ ਤੋਂ ਸਾਡੀ ਮੌਤ ਆਰੰਭ ਹੋ ਗਈ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਪਵਿੱਤਰ ਬਾਣੀ ਚ ਗੁਰੂ ਸਾਹਿਬਾਨਾਂ ਦੀ ਬਾਣੀ ਤੋਂ ਬਾਅਦ ਅਸੀਂ ਵੱਧ ਤੋਂ ਵੱਧ ਬਾਣੀ ਬਾਬਾ ਕਬੀਰ ਜੀ ਦੀ ਪੜ੍ਹਦੇ ਹਾਂ ਔਰ ਉਹਨਾਂ ਨੇ ਆਪ ਨੂੰ ਇੱਕ ਜੀਵਨ ਦੀ ਵਾਪਰੀ ਘਟਨਾ ਨੂੰ ਗੁਰੂ ਦੀ ਬਾਣੀ ਵਿੱਚ ਦਰਜ ਕੀਤਾ ਹੈ ਉਹ ਕਹਿੰਦੇ ਕਿ ਮੈਂ ਆਪਣੇ ਨੇਮ ਦੇ ਮੁਤਾਬਕ ਬਾਹਰ ਘੁੰਮਣ ਫਿਰ ਜਾ ਰਿਹਾ ਸਾਂ ਔਰ ਇੱਕ ਬੀਬੀ ਮਕਾਨ ਦੀ ਛੱਤ ਉੱਪਰ ਆਪਣੇ ਬੱਚੇ ਨਾਲ ਲਾਲ ਕਰ ਰਹੀ ਹੈ ਇਹਨੂੰ ਬੇਨਤੀ ਕਰ ਰਿਹਾ ਗੁਰੂ ਦੀ ਬਾਣੀ ਦਰਜ ਹੈ ਪੁਰਾਣੇ ਜ਼ਮਾਨੇ 'ਚ ਖਿੱਦੋ ਹੁੰਦੇ ਸਨ ਕੱਪੜੇ ਦੇ ਬਣਾਏ ਹੋਏ ਬੱਚੇ ਖੇਡਦੇ ਸਨ ਦੇ ਨਾਲ ਘੋੜੀ ਮਾਂ ਉਸ ਖਿੱਦੋ ਨੂੰ ਵੇਖਦੀ ਹੈ ਤੇ ਬੱਚਾ ਮਾਂ ਦੇ ਨਾਲ ਲਾਲ ਕਰਦਾ ਫੁੱਟ ਫੁੱਟਦਾ ਥੋੜ੍ਹਾ ਜਿਹਾ ਦੂਰ ਵੱਧ ਲੱਗ ਗਿਆ ਉਹ ਖਿੱਦੋ ਮਰੇਜ਼ ਨੂੰ ਥੱਲੇ ਡੁੱਬ ਗਿਆ ਬੱਚਾ ਨੂੰ ਖੋਲ੍ਹਿਆ ਉਹ ਖਿੱਦੋ ਨੂੰ ਫੜਦਾ ਫੜਦਾ ਮੜਦੇ ਪੱਤੇ ਥੱਲੇ ਡਿੱਗਾ ਕਿ ਬੱਚੇ ਦੀ ਮੌਤ ਹੋ ਗਈ ਬਾਬਾ ਕਬੀਰ ਜੀ ਜਿਸ ਮੌਕੇ ਆਏ ਕੁਝ ਸਮਾਂ ਪਹਿਲਾਂ ਕੋਲ ਦੀ ਲੱਗੇ ਸਰ ਘਰ ਦੀ ਤਹਿਰ ਪੈਰ ਸੀ ਮਾਂ ਹੱਸਦੀ ਸੀ ਬੱਚਾ ਹੱਸਦਾ ਸੀ ਹੁਣ ਹੱਸਣ ਦੀ ਥਾਂ ਤੇ ਰੋਣ ਤੇ ਪਿੱਟਣ ਦੀ ਆਵਾਜ਼ ਸੁਣੀ ਕਿਉਂਕਿ ਮਨੁੱਖ ਉਹ ਹੈ ਜਿਹੜਾ ਪਿਘਲ ਜਾਇਆ ਜਿਹੜਾ ਪਿਘਲਦਾ ਨਹੀਂ ਉਹਨੂੰ ਅਸੀਂ ਮਨੁੱਖ ਨਹੀਂ ਕਹਿ ਸਕਦੇ ਉਹਨੂੰ ਪੱਥਰ ਪੀਂਦੀਆਂ ਪੱਥਰ ਔਰ ਗੁਰੂ ਪਾਤਸ਼ਾਹ ਦੀ ਬਾਣੀ ਦਾ ਆਪਾਂ ਜਾਪ ਸਾਹਿਬ ਪੜ੍ਹਦੇ ਹਾਂ ਹਰ ਬਹੁਤ ਬੜਾ ਸੰਗ ਉਸਦੇ ਪੰਕਤੀਆਂ ਦੇ ਕਰਨਾਲੇ ਹੈ ਹਰ ਕਾਲੇ ਹੈ ਕਰਨਾਲੇ ਤੋਂ ਭਾਵ ਉਹ ਢਾ ਜਾਂਦਾ ਹੈ ਨਰਮੀ ਦਾ ਘਰ ਹੈ ਬਾਬਾ ਕਬੀਰ ਜੀ ਗਏ ਮਾਂ ਰਾਜ ਕਰ ਰਹੀ ਹੈ ਤੇ ਬਾਬਾ ਜੀ ਨੇ ਆਪਣੇ ਸੁਭਾਅ ਦੇ ਮੁਤਾਬਕ ਉੱਤੇ ਸ਼ਬਦ ਉਚਾਰਿਆ ਜਨਮੀ ਜਾਨ ਸਭ ਵੱਡਾ ਹੋਤ ਹੈ ਇਤਨਾ ਇਤਨਾ ਜਾਣੇ ਜੇ ਦਿਨ ਦਿਨ ਅੱਧ ਘਾਟ ਹੈ ਮੋਲ ਮੋਲ ਕਰ ਅੱਧ ਕਲਾੜ ਕਰ ਬੇਕਤ ਹੀ ਜਾਂ ਰਾਓ ਹੱਸੈ ਬਾਬਾ ਕਬੀਰ ਜੀ ਉਸ ਬੀਬੀ ਦਾ ਸਿਰ ਪਰੋਸ ਕੇ ਕਹਿਣ ਲੱਗੇ ਉਹਦੀ ਮਜ਼ਬੂਤੀਆਂ ਤੋਂ ਦੋ ਤਿੰਨ ਸਾਲ ਵੱਧ ਹੈ ਤੇ ਕਹਿਣ ਲੱਗੇ ਘੋੜੀਏ ਧੀਏ ਦੋਹਾਂ ਮੁਕਾਬਲਾ ਸੀ ਤੇਰਾ ਤੇ ਇੱਕ ਜੰਗ ਆ ਜਾਏਗਾ ਇਹ ਸ਼ਬਦ ਅਰਥ ਹੀ ਰਹੇ ਧੀਏ ਰਾਣੀਏ ਤੇਰਾ ਤੇ ਜੰਗ ਆ ਜਾਏਗਾ ਮੁਕਾਬਲਾ ਸੀ ਜਿਵੇਂ ਦੋ ਟੀਮਾਂ ਖੇਡੀਆਂ ਤੇ ਉਹ ਕਹਿੰਦਾ ਮੈਂ ਆਪਣੇ ਪਾਸੇ ਖਿੱਦੋ ਲੈ ਜਾਂ ਵਿਜੈ ਕਹਿੰਦਾ ਮੈਂ ਆਪਣੇ ਪਾਸੇ ਲੈ ਜਾਂ ਤੇ ਧੀਏ ਤੂੰ ਤਾਂ ਇਸ ਕਰਕੇ ਖੁਸ਼ ਹਾਂ ਕਿ ਮੇਰਾ ਪੁੱਤਰ ਵੱਡਾ ਹੁੰਦਾ ਜਾਂਦਾ ਹੈ ਪੰਕਤੀਆਂ ਦੁਬਾਰਾ ਤਰੀਕ ਕਰਾਂ ਜਨਮੀ ਕਹਿੰਦੇ ਮਾਂ ਨੂੰ ਜਨਮੀ ਜਾਨ ਸੁਧ ਵੱਡਾ ਹੋਤ ਹੈ ਕਿ ਮੇਰਾ ਪੁੱਤਰ ਵੱਡਾ ਹੁੰਦਾ ਜਾਂਦਾ ਪਰ ਅਗਲੀ ਪੰਕਤੀ ਹੈ ਮਾਂ ਭੋਲੀਏ ਧੀਏ ਰਾਣੀਏ ਮੋਰ ਮੋਰ ਕਰ ਅਦਕ ਲਾਲ ਹਾਰ ਮੋਰ ਤੋਂ ਭਾਵ ਕਿ ਮੇਰਾ ਹੀ ਮੇਰਾ ਹੈ ਪੇਟ ਹੀ ਜੰਮ ਰਹੋ ਸਹਿ ਇਧਰ ਤੂੰ ਹੱਸਦੀ ਸਾਂ ਉਧਰ ਉਹ ਹੱਸਦਾ ਸੀ ਉਹਦਾ ਜ਼ੋਰ ਪੈ ਗਿਆ ਤੇ ਪੈ ਗਿਆ ਗੁਰਮੁਖ ਪਰਿਵਾਰ ਦੇ ਮੈਂਬਰਾਂ ਨੂੰ ਰਾਹ ਕਰਦੇ ਵੇਖਿਆ ਉਹਦਾ ਮੇਨ ਕਾਰਨ ਆਪਾਂ ਜਿਹੜੇ ਬੈਠੇ ਹਾਂ ਭਾਵੇਂ ਆਪਾਂ ਬੁੜੇ ਹਾਂ ਭਾਵੇਂ ਭਰੇ ਹਾਂ ਭਾਵੇਂ ਹਿੰਦੂ ਹਾਂ ਭਾਵੇਂ ਸਿੱਖ ਹਾਂ ਭਾਵੇਂ ਮੁਸਲਮਾਨ ਹਾਂ ਉਸ ਕਵਿਤੇ ਨੇ ਸਾਡੇ ਲਈ ਤਿੰਨ ਚੀਜ਼ਾਂ ਦਾ ਅਰੇਂਜਮੈਂਟ ਕੀਤਾ ਹੈ ਮੈਂ ਜਿਸ ਦਿਨ ਕਿਹਾ ਵੀ ਕਥਾ ਕਰਦਾ ਤੇ ਮੈਂ ਆਪਣੇ ਚਾਚੇ ਸੰਤ ਕਰਤਾਰ ਸਿੰਘ ਦਾ ਨਾਂ ਲੈਣ ਤੋਂ ਹਟ ਨਹੀਂ ਸਕਦਾ ਕਿਉਂਕਿ ਮੈਨੂੰ ਨੰਬਰਾਂ ਮਿਲਿਆ ਤੁਸੀਂ ਤੁਸੀਂ ਮੇਰੇ 'ਤੇ ਯਕੀਨ ਕਰਿਆ ਜੇ ਗੁਰੂ ਕੀ ਜੁੜੀ ਹੈ
ਜਦੋਂ ਉਹਨਾਂ ਦਾ ਐਕਸੀਡੈਂਟ ਹੋਇਆ ਅਤੇ ਮੈਂ ਗੱਡੀਆਂ ਦੇ ਤੇਲ ਪਾਉਂਦਾ ਚਾਰ ਸਾਲ ਮੈਂ ਪੈਸੇ ਲੈਣ ਗਿਆ ਤਾਂ ਕੋਲ ਅਤੇ ਉਹਨਾਂ ਨੇ ਉਹ ਪੁਸਤਕ ਮੁਕੰਮਲ ਕੀਤੀ ਖਾਲਸਾ ਜੀ ਨੂੰ ਮੈਂ ਵੇਖਿਆ ਵੀ ਮਹਾਂਪੁਰਸ਼ ਲਿਖ ਰਹੇ ਨੇ ਬਿਜੀ ਨੇ ਅਤੇ ਮੈਂ ਕਿਉਂ ਪੜ੍ਹਾਂ ਮੈਨੂੰ ਕਹਿਣ ਲੱਗੇ ਕਿ ਮੈਂ ਕਿਹਾ ਜੀ ਕੋਈ ਨਹੀਂ ਮੈਨੂੰ ਮਾਇਆ ਕਿਹਾ ਵੀ ਤੇਲ ਪਾਉਣਾ ਹੈ ਅਤੇ ਮੈਨੂੰ ਕਹਿਣ ਲੱਗੇ ਵੀ ਅੱਜ ਮੇਰੇ ਗੁਰਦੀ ਨਹੀਂ ਪੈਂਦੇ ਇਹ ਲੱਭੂ ਨੂੰ ਸਪਾਈ ਕਹਿ ਵੀ ਜਿੰਨੇ ਕੱਢਣੇ ਨੇ ਅੱਜ ਕੱਢ ਲਾ ਮੁੜ ਕੇ ਨਹੀਂ ਪੈਂਦੇ ਅਸੀਂ ਸੁਣਨ ਜਾਣਾ ਸੀ ਅਤੇ ਸਾਡੇ ਜਿੱਤ ਸਿੰਘ ਬੜਾ ਕਮਜ਼ੋਰ ਸੀ ਪੜ੍ਹਾਈ ਤੋਂ ਉਹ ਲੋਕਿਆ ਅਤੇ ਕਹਿੰਦੇ ਭਜਨ ਸਿੰਘ ਨੂੰ ਲੱਭੂ ਕੱਕੜ ਸਿੰਘ ਨੂੰ ਉਹਨੂੰ ਨਾਲ ਉਠਾਇਆ ਐਕਸੀਡੈਂਟ ਹੋਇਆ ਸਾਡੇ ਵੀਹਾਂ ਸਿੱਖਾਂ ਸਿੰਘਾਂ ਦੇ ਵਿੱਚੋਂ ਕਿਸੇ ਦਾ ਖੂਨ ਨਹੀਂ ਰਹਿਆ ਪਰ ਉਹਦਾ ਰਹਿਆ ਇਹ ਮੇਰੇ ਦ੍ਰਿਸ਼ਟਾਂਤ ਤੋਂ ਪਾਵੇ ਅਤੇ ਮੌਤ ਦਾ ਪਤਾ ਖੂਨ ਦਾ ਪ੍ਰਬੰਧ ਕੀਤਾ ਪਰ ਮੌਤ ਨਹੀਂ ਕਰੀ ਉਹ ਸਿੰਘ ਦਾ ਖੂਨ ਉਹ ਗੁਰਤ ਹੀ ਅਸੀਂ 19-20 ਖਿਲਾਫ ਕੀ ਸਾਂ ਸਾਡਾ ਸਿੰਘ ਦਾ ਖੂਨ ਨਹੀਂ ਰਹਿਆ ਕਿਸੇ ਤੌਰ 'ਤੇ ਉਹ ਭਾਵੇਂ ਪੜ੍ਹਾਈ ਤੋਂ ਕਮਜ਼ੋਰ ਸੀ ਕਮਜ਼ੋਰ ਸੀ ਪਰ ਉਹਨੂੰ ਨਾਲ ਗੱਡੀ ਉਠਾਇਆ ਐਕਸੀਡੈਂਟ ਹੋਇਆ ਸਾਡਾ ਖੂਨ ਡਾਕਟਰਾਂ ਨੇ ਚੈੱਕ ਕੀਤਾ ਵੇਖਿਆ ਵੀ ਕਿਹੜਾ ਗਰੁੱਪ ਹੈ ਸਾਡੇ ਦੁਨੀਆਂ ਦੇ ਗਰੁੱਪ ਹੋ ਅਤੇ ਉਹਦਾ ਇਕੱਲੇ ਦਾ ਉਹ ਗਰੁੱਪ ਆਇਆ ਖੂਨ ਦਾ ਪ੍ਰਬੰਧ ਨਹੀਂ ਕਰ ਲਿਆ ਮੌਤ ਦਾ ਵੀ ਪਤਾ ਪਰ ਮੌਤ ਕਹੀ ਨਹੀਂ ਬ੍ਰਹਮ ਗਿਆਨੀ ਮੌਤ ਦਾ ਪਤਾ ਪਰ ਮੌਤ ਕਰਦੀ ਦਿੰਦਾ ਹੀ ਉਹ ਤਾਂ ਦਬਾਣੀ ਕਹਿੰਦੀ ਨਾਨਕ ਘਾਦੇ ਸਭ ਦਿਲ ਸੰਸਾਰ ਵੱਢਣ ਘਟਣ ਦਿਲ ਸਾਰ ਭਰਿਆ ਨਾ ਇਹਦੇ ਵਿੱਚ ਇੱਕ ਵੱਧ ਸਕਦਾ ਤੇ ਨਾ ਇਹਦੇ ਵਿੱਚ ਇੱਕ ਘੱਟ ਸਕਦਾ ਮੇਰੇ ਸਵਾਸਾਂ ਦੀ ਜ਼ਰੂਰੀ ਹੈ ਆਪਾਂ ਜਿੰਨੇ ਵੀ ਸਰੀਰ ਬੈਠੇ ਹਾਂ ਆਪਣੇ ਉਸ ਕਰਤੇ ਨੇ ਤਿੰਨ ਚੀਜ਼ਾਂ ਦਾ ਪ੍ਰਬੰਧ ਕੀਤਾ ਹੈ ਭਾਵੇਂ ਆਪਾਂ ਖੂਨੀ ਹਾਂ ਭਾਵੇਂ ਪਾਪੀ ਹਾਂ ਭਾਵੇਂ ਬੁਰੇ ਹਾਂ ਭਾਵੇਂ ਭਲੇ ਹਾਂ ਉਹ ਕਿਹੜਾ ਦੇਸ਼ ਕਾਲ ਦੀ ਵਸਤੂ ਦੇਸ਼ ਤੋਂ ਭਾਵ ਜਗ੍ਹਾ ਕਾਲ ਦਾ ਭਾਵ ਸਮਾਂ ਅਤੇ ਵਸਤੂ ਦਾ ਭਾਵ ਜੇ ਚੀਜ਼ ਨਾਲ ਮੌਤ ਹੈ ਜਦੋਂ ਇਹ ਤਿੰਨੇ ਚੀਜ਼ਾਂ ਇਕੱਠੀਆਂ ਹੋਈਆਂ ਦੁਨੀਆਂ ਦੀ ਕੋਈ ਤਾਕਤ ਜਾ ਨਹੀਂ ਸਕਦੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਕਹਿੰਦੇ ਬੈਠ ਹੈ ਹਉ ਕੀ ਭਲਾ ਦਾਰੂ ਮੇਰੇ ਵਸ ਇਹ ਤੋਂ ਵੱਸ ਵਪਾਰ ਕੀ ਜਦ ਭਾਵ ਹੈ ਲੇਖ ਹਕੀਮ ਕਹਿੰਦਾ ਕਿ ਮੇਰੇ ਕੋਲ ਬਹੁਤ ਵਧੀਆ ਦਵਾਈ ਬਿਨਾਂ ਮੇਰੇ ਕੋਲ ਬੰਦਾ ਆ ਜਾਵੇ ਮੈਂ ਮਰ ਨਹੀਂ ਪੈਂਦਾ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਕਹਿੰਦੇ ਪਿਆਰਿਆ ਇਹ ਗੋਪਾਲ ਦੀ ਵਸਤੂ ਜਦੋਂ ਉਹਦੀ ਮਰਜ਼ੀ ਹੋਈ ਉਦੋਂ ਖੋਲ ਕੇ ਲੈ ਜਾਏਗਾ ਇਹ ਉਹਦੀ ਮਰਜ਼ੀ ਪਰਿਵਾਰ ਦੇ ਮੈਂਬਰਾਂ ਦਾ ਵਾਰ ਕਰਨ ਦਾ ਕਾਰਨ ਮੈਨੂੰ ਦ੍ਰਿਸ਼ਟਾਂਤ ਸਾਹਮਣੇ ਆਇਆ ਦਿਵਾਲੀ ਦੇ ਮੌਕੇ 'ਤੇ ਆਪਾਂ ਅੰਮ੍ਰਿਤਸਰ ਟੀ ਵੀ ਦਿਖਾਉਂਦੇ ਹਾਂ ਭਾਰਤ ਦੀ ਭਾਵਨਾ ਹੁੰਦੀ ਕਿ ਮੈਂ 2-4 ਟੀ ਵੀ ਲਗਾ ਕੇ ਆਵਾਂ ਗੁਰੂ ਦੇ ਘਰ ਤਾਂ ਕਿ ਮੇਰੀ ਜਨ ਰਹਿ ਇਹ ਅਮੀਰ ਪਰਿਵਾਰ ਆਇਆ ਅਤੇ ਦੁੱਖ ਭੰਨੀ ਬੇਰੀ ਵਾਲੇ ਪਾਸੇ ਜਿਹੜਾ ਵੱਡਾ ਖੜਾ ਹੈ ਇਧਰ ਆ ਕੇ ਉਹਨੇ ਦੀਵੇ ਜਗਾਏ ਨਾਲ ਦਾ ਨੌਕਰ ਪਹਾੜਾ ਰੱਖਦਾ ਕਿ ਨੌਕਰ ਦਾ ਪੈਰ ਵੱਜਿਆ ਅਤੇ ਉਹਦੇ ਗੁਰੂ ਨੂੰ ਦੀਵਾ ਰਿੜ ਗਿਆ ਬੁੱਝ ਗਿਆ ਅਤੇ ਬਾਲਕ ਨੇ ਉਹ ਰਾਮਦਾਸ ਦੀ ਪ੍ਰਕਰਮਾ ਉਸ ਨੌਕਰ ਨੂੰ ਚਪੇੜ ਕਰ ਪਾਏ ਉਹ ਨੌਕਰ ਕਹਿਣ ਲੱਗਾ ਬਾਬੂ ਜੀ ਮੈਨੂੰ ਮਾਫ਼ੀ ਦਿਆ ਜੀ ਮੈਂ ਨੌਕਰ ਹਾਂ ਗਰੀਬ ਹਾਂ ਮੈਂ ਤੁਹਾਡੇ ਅੱਗੇ ਹੋ ਨਹੀਂ ਸਕਦਾ ਆਪਾਂ ਦੀਵੇ ਜਗਾਉਣੇ ਨੇ ਅਤੇ ਜਗਾ ਵੀ ਕਰੇ ਜਾਣਾ ਕਿਸੇ ਨੇ ਹੁਣ ਪਹੁੰਚਾਉਣਾ ਕਿਸੇ ਨੇ ਘੜੀ ਨੂੰ ਪਹੁੰਚਾਉਣਾ ਦੀਵੇ ਆਪਾਂ ਜਾਣੇ ਤਾਂ ਨਹੀਂ ਨਾ ਪਰ ਇੰਨੀ ਸੰਗਤ ਦੇ ਸਾਹਮਣੇ ਤੁਸੀਂ ਮੈਨੂੰ ਚਪੇੜ ਮਾਰੀ ਹੈ ਚੰਗਾ ਨਹੀਂ ਕੀਤਾ ਠੀਕ ਹੈ ਮੈਂ ਤੁਹਾਡਾ ਨੌਕਰ ਹਾਂ ਮੇਰਾ ਜ਼ੋਰ ਨਹੀਂ ਸੇਧ ਕਰਨ ਲੱਗਾ ਪੁੱਤਰ ਤੂੰ ਗੁੱਸਾ ਕੀਤਾ ਹੈ ਮੈਂ ਗੁੱਸੇ ਨਾਲ ਚਪੇੜ ਨਹੀਂ ਮਾਰੀ ਮੈਂ ਗਲੇ ਨਾਲ ਮਾਰੀ ਹੈ ਮੈਨੂੰ ਪਤਾ ਵੀ ਦੀਵੇ ਨੇ ਖੁੱਲ ਜਾਣਾ ਪਰ ਤੂੰ ਦੀਵੇ ਨੂੰ ਜਗਣ ਤੋਂ ਪਹਿਲਾਂ ਜਾ ਦਿੱਤਾ ਮੈਨੂੰ ਤੇਰੀ ਦਿਲਾ ਇਸ ਗੱਲ ਦਾ ਹੈ ਗਲਾ ਇਸ ਗੱਲ ਦਾ ਵੀ ਦੀਵਾ ਜੇ ਜਗਿਆ ਕਿ ਨਹੀਂ ਇਹ ਤੂੰ ਉਹਨੂੰ ਟੇਢਾ ਕਰ ਦਿੱਤਾ ਇਸ ਪ੍ਰਕਾਰ ਬੰਦੂ ਜਾਣਾ ਸਾਰੇ ਲਵੇ
पर परिवार के मैंबर के बरात का मेल कारण कि दीवा अरे जगन लगा तो महीने बुझ गया पर किसी निवासी नहीं असी सिख हाँ मैं आम था करके ये थान थे गल करता मैं साढ़े गुरु गोबिंद सिंह को बड़ी कोई मिसाल नहीं जिन आप कहते मतो ਸਾਡੇ ਲਈ ਗੁਰੂ ਗੋਬਿੰਦ ਸਿੰਘ ਸੱਜੇ ਪਾਤਸ਼ਾਹ ਤੋਂ ਵੱਡੀ ਕੋਈ ਸ਼ਕਤੀ ਨਹੀਂ ਪਰ ਉਸ ਗੁਰੂ ਗੋਬਿੰਦ ਸਿੰਘ ਸੱਜੇ ਪਾਤਸ਼ਾਹ ਦਾ ਪਿਤਾ ਸ਼ਹੀਦ ਹੋਇਆ ਤੇ ਘਰ ਦਾ ਸੰਸਕਾਰ ਲੱਗੀ ਸ਼ਾਹ ਬਣ ਜਾਏ ਤੇ ਘਰ ਲੈ ਤੇ ਸੀਸ ਦਾ ਸੰਸਕਾਰ ਪੰਜਾਂ ਦਿਨਾਂ ਤੋਂ ਬਾਅਦ ਭਾਈ ਜੇਤਾ ਅਨੰਦਪੁਰ ਸਾਹਿਬ ਲਾਏ ਤੇ ਆਇਆ ਤੇ ਉਦੋਂ ਹੋਇਆ ਗੁਰੂ ਦੇ ਪਿਤਾ ਦੇ ਸੰਸਕਾਰ ਵਾਸਤੇ ਵੀ ਥਾਂ ਇੱਕ ਨਹੀਂ ਦੋ ਥਾਵਾਂ ਬਣੀਆਂ ਗੁਰੂ ਦੇ ਪਿਤਾ ਦੇ ਸੰਸਕਾਰ ਲਈ ਵੀ ਇੱਕ ਥਾਂ ਨਹੀਂ ਦੋ ਥਾਵਾਂ ਬਣੀਆਂ ਤੇ ਜਦੋਂ ਸੰਸਕਾਰ ਪਿਤਾ ਦੇ ਘਰ ਦਾ ਹੋਇਆ ਪਰਿਵਾਰ ਦਾ ਇੱਕ ਮੈਂਬਰ ਵੀ ਕੋਲ ਨਹੀਂ ਬਾਜਾਂ ਵਾਲਾ ਆਪਣੇ ਪਿਤਾ ਦੇ ਘਰ ਨੂੰ ਲੰਘ ਵੀ ਨਹੀਂ ਲਾ ਸਕਿਆ ਇਹਦੇ ਤੋਂ ਵੱਡੀ ਕੋਈ ਮਿਸਾਲ ਨਹੀਂ ਜਦੋਂ ਅਨੰਦਪੁਰ ਸਾਹਿਬ ਤੋਂ ਤੁਰਿਆ ਮਾਫ ਕਰਨਾ ਚਮਕੌਰ ਤੋਂ ਬਾਬਾ ਦਇਆ ਸਿੰਘ ਨੇ ਕਮਰ ਕੱਸੇ ਵਾਲਾ ਕੱਪੜਾ ਲਾ ਕੇ ਬਾਬਾ ਜਗਾਨ ਸਿੰਘ ਨੇ ਤੰਗ ਤੇ ਪਾਉਣ ਦਾ ਯਤਨ ਕੀਤਾ ਤੇ ਕਰਕੀ ਵਾਲੇ ਨੇ ਦਇਆ ਸਿੰਘ ਨੂੰ ਪਿੱਛੋਂ ਹੱਥ ਮਾਰ ਕੇ ਆਖਿਆ ਦਇਆ ਸਿੰਘ ਆ ਮਿੱਟੀ ਦਾ ਹੋਰ ਹੀ ਕਰੀਦਾ ਆਪਣੀ ਮੰਜ਼ਿਲ ਦੂਰ ਹੈ ਲੋਕਾਂ ਨੇ ਕਹਿਣਾ ਗੁਰੂ ਗੋਬਿੰਦ ਸਿੰਘ ਨੇ ਪੁੱਤਰਾਂ ਦੇ ਕੱਪੜ ਪਾ ਦਿੱਤੇ ਦਹਿਰ ਤਾਂ ਦਹਿਰ ਹੈ ਇਸ ਕਰਕੇ ਮੇਰੇ ਪੁੱਤਰ ਤੇ ਕੱਪੜ ਪਾ ਕੇ ਕਮਜ਼ੋਰੀ ਨੂੰ ਢੱਕੀਦਾ ਨੇਕੀ ਨੂੰ ਨਹੀਂ ਮੇਰੀਆਂ ਸਤਿਕਾਰਯੋਗ ਧੀਆਂ ਭੈਣਾਂ ਬੇਟੀਆਂ ਨੇ ਆਪਾਂ ਸਿੱਧ ਇਤਿਹਾਸ ਪੜ੍ਹੀਏ ਇੱਕ ਬੀਬੀ ਸ਼ਰਨਪੁਰ ਹੋਈ ਉਹਦਾ ਪਤੀ ਸਰਦਾਰ ਪ੍ਰੀਤਮ ਸਿੰਘ ਸ਼ਹੀਦ ਹੋਇਆ ਔਰ ਉਸ ਬੀਬੀ ਨੇ ਕੱਤੀ ਸਿੰਘਾਂ ਦੇ ਸਰੀਰ ਨੂੰ ਇੱਕ ਥਾਂ ਤੇ ਮਾਫ਼ ਕਰਨਾ ਸਿੰਘਾਂ ਦੇ ਸਰੀਰ ਨੂੰ ਇੱਕ ਥਾਂ ਤੇ ਇਕੱਠਿਆਂ ਕੀਤਾ ਕੱਲੀ ਔਰਤ ਨੇ ਉਹਦਾ ਨਾਮ ਸ਼ਰਨਪੁਰ ਕਰਕੇ ਲਿਖਿਆ ਆਪਣੇ ਉਹਨੇ ਕੇਸ ਕਰਾਏ ਮਿੱਟੀ ਪਾਈ ਤਾਂ ਪੰਜਾਬੀ ਵੀ ਕਮਲੀ ਰਮਣੀ ਔਰਤ ਹੈ ਸਿੰਘ ਦੀ ਸਰੀਰਾਂ ਨੂੰ ਇਕੱਠਿਆਂ ਕਰਕੇ ਕਿੰਨਾ ਬਾਲਣ ਇਕੱਠਾ ਕੀਤਾ ਹੋਵੇਗਾ ਜਦੋਂ ਬੰਦੇ ਦੀ ਮੌਤ ਹੋ ਜਾਏ ਨਾ ਤੇ ਮੈਂ ਮਹਾਂਪੁਰਸ਼ਾਂ ਦੇ ਕੋਲ ਮਿਲਿਆ ਬੜੀ ਕਿ ਆਪਣੇ ਅੰਦਰ ਇੱਕ ਹਵਾ ਭਰ ਜਾਂਦੀ ਗੁਰਦਾ ਭਾਰਾ ਹੋ ਜਾਂਦਾ ਇਹ ਦਸ ਤਰ੍ਹਾਂ ਦੀ ਹਵਾ ਹੈ ਉਹਨਾਂ ਚੋਂ ਇੱਕ ਹਵਾ ਹੈ ਜਿਹੜੀ ਮਨੁੱਖ ਦੇ ਤਨ ਨੂੰ ਭਰ ਜਾਂਦੀ ਤੇ ਮਨੁੱਖ ਦਾ ਤਨ ਭਾਰਾ ਹੋ ਜਾਂਦਾ ਉਸ ਬੀਬੇ ਨੇ ਸਿੰਘ ਦੀ ਸਰੀਰਾਂ ਨੂੰ ਇਕੱਠਿਆਂ ਕੀਤਾ ਔਰ ਦੋ ਚਾਰ ਉਹਦੇ ਨਾਲ ਹੱਥੋਂ ਪਾਈ ਹੋਏ ਉਹਨਾਂ ਕੌਰ ਨੂੰ ਉਹਨੇ ਉਸ ਮੌਕੇ ਆ ਕੇ ਅਸੀਂ ਮੇਰਾ ਗੁਰ ਮੈਂ ਕਿਸ਼ਨ ਤੋਂ ਸੌਂਪ ਕੇ ਗੱਲ ਆ ਕੇ ਮੇਰਾ ਜਿਹੜੀ ਵਿਸ਼ੇਸ਼ ਤੌਰ ਤੇ ਮੈਂ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਬੀਬੀ ਦੇ ਫਤਿਹਗੜ੍ਹ ਸਾਹਿਬ ਦਾ ਪ੍ਰਸੰਗ ਪੜ੍ਹੋ ਪੱਛਮੀ ਮੋਹ ਬਾਜਾਂ ਵਾਲੇ ਪੁੱਤਰ ਬਾਜਾਂ ਵਾਲੇ ਦੇ ਪੁੱਤਰਾਂ ਦੀਆਂ ਲੋਕਾਂ ਪਈਆਂ ਦੇ ਪਰਿਵਾਰ ਦਾ ਇੱਕ ਮੈਂਬਰ ਸਤਿਕਾਰ ਕਰਨੀ ਜੀ ਮੁੜ ਕੇ ਦੁਬਾਰਾ ਦੂਜੇ ਗੇੜੇ ਵਿੱਚ ਬਾਬਾ ਫਤਿਹ ਸਿੰਘ ਨੂੰ ਲੈ ਕੇ ਗਏ ਤੇ ਆਖਿਆ ਭਾ ਤੇਰਾ ਗੇੜਾ ਬੜਾ ਹੈ ਤੂੰ ਕੱਲੀ ਰਹਿ ਸਕਦੀ ਹੈ ਔਰ ਉਹਨੇ ਪੰਕਿਆਂ ਨੂੰ ਵੀਰ ਦਿੱਤੀਆਂ ਤੂੰ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਸੀਸ ਭਾਈ ਜਿੰਦਾ ਦੇ ਕੇ ਆਇਆ ਹਾਂ ਮਾਂ ਗੁਜਰ ਕੌਰ ਹੋਈ ਨਹੀਂ ਜਿਹੜਾ ਸ਼ਹੀਦ ਦਾ ਜਿਹੜਾ ਸਥਾਨ ਬਣਿਆ ਇਹ ਸਥਾਨ ਵੀ ਭਾਈ ਜਿੰਦਾ ਸੀਸ ਲੈ ਕੇ ਆਇਆ ਸੀ ਤੇ ਮਾਂ ਗੁਜਰ ਕੌਰ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਸੀਸ ਤੋਂ ਰੁਕ ਕੇ ਆ ਕੇ ਮੇਰੇ ਸਿਰ ਦਾ ਸਾਈਆ ਤੇਰੀ ਹਿਰਦੀ ਮੇਰੀ ਜੁਟਾ ਇਹ ਇਤਿਹਾਸਿਕ ਪੰਕਤੀਆਂ ਦਰਜ ਨੇ ਮਾਤਾ ਗੁਜਰ ਕੌਰ ਨੇ ਆਪਣੇ ਪਤੀ ਦੇ ਸਿਰ ਦੇ ਕੋਲ ਖਲੋ ਕੇ ਬੇਨਤੀ ਕੀਤੀ ਮੇਰੇ ਸਿਰ ਦਾ ਸਾਈਆ ਤੇਰੀ ਹਿਰਦੀ
ਮੇਰੀ ਕਿਹੜੀ ਹੈ ਉਹ ਗੱਲ ਟੋਟਲ ਮੰਨ ਲਿਆ ਕਿ ਮਾਂ ਤੇਰੀ ਵੀ ਜ਼ਿੰਦਗੀ ਮੈਂ ਇਹ ਪ੍ਰਸੰਗ ਤੁਹਾਨੂੰ ਤਾਂ ਸੁਣਾਇਆ ਪਰਿਵਾਰ ਦੇ ਮੈਂਬਰਾਂ ਨੇ ਬੱਚੇ ਦਾ ਸਰੀਰ ਪਿਆਂਦਾ ਸੰਸਕਾਰ ਕੀਤਾ ਗੁਰਬਾਣੀ ਪੜ੍ਹੀ ਹੋਏਗੀ ਆਪਾਂ ਸਾਰੇ ਸਿਰਫ ਬਾਈ ਬਾਈ ਇਕੱਠੇ ਹੋਏ ਹਾਂ ਕੋਈ ਪ੍ਰਾਣੀ ਪੜ੍ਹਾਈ ਕਰਦੇ ਤੇ ਰਾਮ ਭਰੀ ਸਾਦਾ ਪਾਠ ਕਰਦੇ ਹਾਂ ਪਰ ਬਾਜਾਂ ਵਾਲੇ ਦੇ ਮਾਂ ਦੇ ਪੁੱਤਰਾਂ ਦੇ ਨਿਕਲ ਅੱਜ ਤੱਕ ਰਾਮ ਭਰੀ ਸਾਦੀ ਪਾਠ ਵਾਲਾ ਭੁੱਖ ਨਹੀਂ ਜੀਤਿਆ ਅੱਜ ਤੱਕ ਇਹਦਾ ਦੀਦੀ ਸਾਡੇ ਵਾਸਤੇ ਸਿੱਖਾ ਹੋਣੀ ਅੱਡਾ ਲੈ ਇਹ ਤਾਰਿਆਂ ਤੱਕਦੀ ਨਹੀਂ ਮੈਂ ਆਰਾਮ ਇੱਕ ਪੰਕਤੀ ਪੜ੍ਹੀ ਸੀ ਬੈਲ ਕਹੇ ਹਾਂ ਹੀ ਭਰਾ ਦਾਰੂ ਮੇਰੇ ਬਸ ਇਹ ਤੋਂ ਬਸ ਉਬਾਲ ਕੀ ਜਦ ਭਾਵੇਂ ਨਹੀਂ ਖਾ ਸਕ ਬੈਲ ਕਹਿੰਦਾ ਹੈ ਕਿ ਮੇਰੀ ਦਵਾਈ ਬੜੀ ਕਾਰਗਰ ਹੈ ਦਵਾਈ ਬੜੀ ਵਧੀਆ ਹੈ ਲੇਕਿਨ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਦੇ ਪਿਆਰਿਆ ਇਹ ਵਪਾਰ ਦੀ ਵਸਤੂ ਹੈ ਜਦੋਂ ਮਰਜ਼ੀ ਲੱਗ ਹੈ ਜਦੋਂ ਮਰਜ਼ੀ ਤੂੰ ਆਪਣੀ ਵਸਤੂ ਨੂੰ ਆਪਣੇ ਕੋਲ ਲੈ ਜਾਏ ਦੁਨੀਆਂ ਦੀ ਕੋਈ ਤਾਕਤ ਉਹਦਾ ਮੁਕਾਬਲਾ ਨਹੀਂ ਕਰ ਸਕਦੀ ਹੋਣੀ ਇਹ ਵੀ ਪੱਧਰ ਹੈ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਪਵਿੱਤਰ ਬਾਣੀ 'ਚ ਇੱਕ ਮਹਾਨ ਪੁੱਤਾਂ ਜਗਤ ਪੜ੍ਹਦੇ ਹਾਂ ਆਹ ਕਲੰਡਰ ਦੀ ਗੱਲ ਚੱਲੀ ਤੇ ਸਭ ਤੋਂ ਪਹਿਲਾਂ ਕਲੰਡਰ ਦਾ ਕਰਤਾ ਰਾਮ ਹੋਇਆ ਜੇ ਕਿਤੇ ਗੱਲ ਚੱਲੇ ਤੂੰ ਕਲੰਡਰ ਦੀ ਕੱਢ ਕੇ ਕੱਢੀ ਕਲੰਡਰ ਬਣਾਇਆ ਕਿਹਨੇ ਤੇ ਕਲੰਡਰ ਦਾ ਕਰਤਾ ਰਾਵਣ ਹੈ ਆਪਣੇ ਆਮ ਘਰ ਤੇ ਵੀ ਉਹਨੇ ਪਾਵੇ ਦਾ ਕਾਲ ਪਤਾ ਕਾਲ ਨਹੀਂ ਕਾਲ ਤੋਂ ਭਾਵ ਹੈ ਸਮਾਂ ਭੂਤ ਕਾਲ ਵਰਤਮਾਨ ਭੂਤ ਕਾਲ ਸਮੇਂ ਦਾ ਗਿਆਤਾ ਵੇਦਾਂ ਦਾ ਟ੍ਰਾਂਸਜੈਂਡਰ ਤੇ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਨੇ ਪਤਾ ਉਹ ਕੀ ਕਿਹਾ ਉਹ ਕਹਿੰਦੇ ਲੰਕਾ ਗੜ੍ਹ ਸੋਨੇ ਤਾਂ ਭਇਆ ਮੂਰਤ ਰਾਵਣ ਕਿਆ ਲੈ ਗਿਆ ਕਿਸੇ ਨੂੰ ਪਦਮ ਭੂਸ਼ਣ ਦਿੰਦੇ ਆ ਕਿਸੇ ਨੂੰ ਭਾਰਤ ਰਤਨ ਦਿੰਦੇ ਹਨ ਪਰ ਇੰਨੇ ਵੱਡੇ ਵਿਦਵਾਨ ਸਕਾਲਕ ਤੇ ਮੀਨੂ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਨੇ ਮੂਰਖ ਦੀ ਪਦਵੀ ਦਿੱਤੀ ਨਾਲੇ ਵਿਦਵਾਨ ਨਾਲੇ ਸਕਾਲਕ ਨਾਲੇ ਧਾਰਮਿਕ ਤੇ ਉਹਨੂੰ ਮੂਰਖ ਆਖਿਆ ਕੀ ਕਾਰਨ ਹੈ ਉਹਦੀ ਮੌਤ ਹੋਈ ਤੇ ਉਹਦੀ ਮੌਤ ਤੋਂ ਬਾਅਦ ਉਹਦੇ ਖਾਨਦਾਨ ਦੀ ਦਰਬਾਰ ਸੀ ਕਿ ਜਦੋਂ ਤੂੰ ਮਰਦਾ ਨਾ ਉਹਦੇ ਮੂੰਹ ਜਲਦੀ ਸੋਨਾ ਪਾਉਂਦੇ ਸਨ ਇਹ ਮੌਤ ਵਾਲੀ ਬਾਬਾ ਬਨੂ ਸਿੰਘ ਦੀ ਅੱਜ ਦੀ ਕੀਰਤੀ ਕਰਦੇ ਹਾਂ ਵੀ ਕੀਰਤੀ ਕਰਦੇ ਹਾਂ ਮੌਤ ਸਵਾਰੀ ਭਾਈ ਤਾਰੂ ਸਿੰਘ ਦੀ ਅੱਜ ਵੀ ਕੀਰਤੀ ਆਮ ਸਰਕਾਰ ਨਾਰਾਇਣ ਸੁਰੇ ਐਸੀ ਕਿਰਤਾ ਬਹਿਤੇ ਹੋਏ ਬਦਲ ਕਰੋਗ ਤੇ ਨਾ ਹੋਤਾ ਨਾਲ ਵਿਆਸ ਰੀਤੀ ਦਾ ਪੁੱਤਰ ਵੈਸ਼ਨੂੰ ਪਾਇਨ ਕਥਾ ਕਰਨ ਲੱਗ ਪਿਆ ਸਹਾਰੀ ਸਾਹਿਬ ਜੀ ਧਰਮਾਂ ਦੇ
ਗੁਰੇ ਦਰਸ਼ਨ ਦੀ ਰਾਹ ਸੇਵਾ ਸੰਭਾਲਦਾ ਆ
सतगुरु राम